ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਆ। ਮੈਂ ਗੁਰਪ੍ਰੀਤ ਕੋਟਲੀ ਅਤੇ ਇਸ ਵਕਤ ਖੜ੍ਹਾ ਕਾਲਾ ਝਾੜ ਟੋਲ ਪਲਾਜ਼ੇ 'ਤੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹੈਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਜਿਹੜਾ ਹੈਗਾ ਝੰਡਾ ਪੋਲਾਂ 'ਤੇ ਝੁੱਲ ਰਿਹਾ, ਅਤੇ ਬਾਈ ਦੀਆਂ ਜਿਹੜੀਆਂ ਹੈਗੀਆਂ, ਮੈਂ ਜਿਵੇਂ ਲਿਖਿਆ ਵੀ ਬਾਈ ਦੀਆਂ ਲੱਤਾਂ ਮਰੀਆਂ ਵਗਾਂ, ਪਰ ਬਾਈ ਜਿਹੜਾ ਹੈਗਾ ਲਗਾਤਾਰ ਅਤੇ ਵਿੱਚ ਦੋ ਬਾਬੇ ਆ, ਤਿੰਨ ਜਾਣੇ ਆ ਇਸ ਵਕਤ ਆਪਾਂ ਅੱਗੇ ਕਾਲਾ ਝਾੜ ਟੋਲ ਪਲਾਜ਼ੇ 'ਤੇ। ਅਤੇ ਇਹ ਚੰਡੀਗੜ੍ਹ ਅਤੇ ਆਪਾਂ ਅੱਗੇ ਬਠਿੰਡੇ ਨੂੰ ਜੋੜਨ ਵਾਲਾ ਮੇਨ ਰਾਹ, ਅਤੇ ਇੱਥੋਂ ਜਿਹੜੀਆਂ ਹੈਗੀਆਂ ਹਜ਼ਾਰਾਂ ਗੱਡੀਆਂ ਆਪਾਂ ਅੱਗੇ, ਕਿਉਂਕਿ ਪੰਜਾਬ ਦੀ ਰਾਜਧਾਨੀ ਆ ਚੰਡੀਗੜ੍ਹ, ਅਤੇ ਬਠਿੰਡਾ ਚੰਡੀਗੜ੍ਹ ਹਾਈਵੇ ਜਿਹੜਾ ਸਭ ਤੋਂ ਮੇਨ ਹਾਈਵੇ ਆ, ਇੱਥੋਂ ਸਭ ਤੋਂ ਵੱਧ ਆਵਾਜਾਈ ਹੁੰਦੀ ਆ, ਜਿੱਥੋਂ ਆਪਾਂ ਅੱਗੇ ਕਰੋੜਾਂ ਰੁਪਇਆਂ ਦਾ ਜਿਹੜਾ ਹੈਗਾ ਆਪਾਂ ਟੋਲ ਪਲਾਜ਼ੇ ਵਾਲਿਆਂ ਨੂੰ ਜਿਹੜਾ ਇਹਨਾਂ ਨੂੰ ਫਾਇਦਾ ਸੀਗਾ। ਪਰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀਆਂ ਗੱਡੀਆਂ ਬਿਲਕੁਲ ਮੁਫਤ ਜਿਹੜੀਆਂ ਸਫ਼ਰ ਕਰ ਰਹੀਆਂ, ਇੱਧਰੋਂ ਆਉਣ ਵਾਲੀਆਂ ਦੇਖ ਲੈਂਦੇ ਹਾਂ, ਆ ਜਿਵੇਂ ਆਈ ਜਾਂਦੀਆਂ ਹੈ ਨਾ ਸਾਰਿਆਂ ਸਾਰਾ, ਅਤੇ ਪਿੱਛੇ ਜੋ ਵੀ ਕਾਰ ਆਉਂਦੀ ਆ ਸਾਰੇ ਫ੍ਰੀ ਹੈ, ਇੱਧਰੋਂ ਵੀ ਜਿਹੜਾ ਹੈਗਾ ਸਾਰਾ ਫ੍ਰੀ ਹੈ। ਪਰ ਮੈਂ ਜਿਹੜੀ ਗੱਲ ਸੁਣੋ ਇੱਥੇ ਰੁਕੇ ਹਾਂ ਦਿਖਾਉਣ ਵਾਸਤੇ ਕਿ ਦੇਖੋ ਭਰਾ ਵਰਗਿਆਂ ਦੀਆਂ ਜਿਹੜੀਆਂ ਹੈਗੀਆਂ, ਬਾਈ ਜਿਹੜਾ ਹੈਗਾ ਇੱਥੇ ਡਿਊਟੀ ਨਿਭਾਉਂਦਾ, ਠੀਕ ਹੈ, ਅਤੇ ਇਹਦੀਆਂ ਵਿਚਾਰੀਆਂ ਜਿਹੜੀਆਂ ਹੈਗੀਆਂ, ਮੈਨੂੰ ਲੱਗਦਾ ਲੱਤਾਂ ਵੀ ਜਿਹੜੀਆਂ ਹੈਗੀਆਂ ਕੰਮ ਨਹੀਂ ਕਰਦੀਆਂ, ਪਰ ਲੋਕਾਂ ਦੀਆਂ ਜਿਹੜੀਆਂ ਜ਼ਮੀਰਾਂ ਨਹੀਂ ਕੰਮ ਕਰਦੀਆਂ। ਬਾਈ ਨਾਲ ਗੱਲ ਕਰਦੇ ਹਾਂ, ਬਾਈ ਕੀ ਹਾਲ ਹੈ? ਉਹ ਠੀਕ ਆ ਜੀ। ਕਿਹੜਾ ਪਿੰਡ ਆ ਬਾਈ ਦਾ? ਰਾਜਪੁਰਾ ਜੀ, ਮੇਰਾ ਰਾਜਪੁਰਾ ਪਿੰਡ ਆ ਜੀ, ਟੂਲ ਪਲਾਜ਼ੇ ਕਾਲਾ ਝਾੜ ਹੈ। ਠੀਕ ਹੈ, ਅਤੇ ਬਾਈ ਫਿਰ ਰੋਜ਼ ਇੱਥੇ ਡਿਊਟੀ ਹੁੰਦੀ ਹੈ? ਹਾਂ ਜੀ, ਸਾਲ ਭਰ ਹੋ ਗਿਆ ਜੀ ਸਾਨੂੰ ਤਾਂ ਉਰੀਓ ਰਹਿੰਦੇ ਹਾਂ ਜੀ ਸਾਲ। ਅਤੇ ਬਾਈ ਲੱਤਾਂ ਨੂੰ ਕੀ ਹੋ ਗਿਆ ਸੀ? ਲੱਤਾਂ ਤਾਂ ਪਹਿਲੀ ਦਿਨ ਜੀ, ਪਹਿਲਾਂ ਹੈ ਨਹੀਂ ਸੀ, ਅਤੇ ਅੱਖ ਵੀ ਗਈ ਵੀ ਹੈ? ਅੱਖ ਵੀ ਪਹਿਲਾਂ ਹੀ ਦੁਖਣੀ ਆ ਗਏ ਤੇ ਜੀ। ਠੀਕ ਆ, ਅਤੇ ਮੰਨ ਕੇ ਦਿਨ ਰਾਤ ਇੱਥੇ ਡਿਊਟੀ? ਹਾਂ ਜੀ, ਦਿਨ ਰਾਤ ਡਿਊਟੀ ਕਰਦੇ ਹਾਂ ਜੀ। ਠੀਕ ਹੈ, ਅਤੇ ਜਿਹੜਾ ਹੈਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਹਜੇ ਵੀ ਕੋਈ ਕਾਲੀਆਂ ਦੇ, ਕੋਈ ਕਾਂਗਰਸ, ਕੋਈ ਝਾੜੂਆਂ ਦੇ ਝੰਡੇ ਚੱਕੇ ਫਿਰਦੇ ਆ? ਉਹਨਾਂ ਨੂੰ ਝੰਡੇ ਤਾਂ ਇਹ ਚੱਕੇ ਫਿਰਦੇ ਨੇ, ਕੋਈ ਵੋਟ ਪਾਉਣ ਨੂੰ ਕਿਸੇ ਨੂੰ ਜੀ ਨਹੀਂ ਕਰਦਾ ਹੈਗਾ ਜੀ, ਜਿੰਨਾ ਚਿਰ ਮਤਲਬ ਕੋਈ ਸਮਝੌਤਾ ਨਹੀਂ ਹੁੰਦਾ ਹੈਗਾ ਉਹਨਾਂ ਜਗ੍ਹਾ ਕਰਨਾ ਨਹੀਂ ਚਾਹੀਦਾ। ਹਾਂ, ਉਹਨਾਂ ਚਿਰ ਤਾਂ ਕੋਈ ਕਿਸੇ ਨੂੰ ਵੋਟ ਕਿਸੇ ਨੂੰ ਹਾਮ ਨਹੀਂ ਕਰਦੇ ਹੈਗੇ। ਤੋਂ ਲਗਾਤਾਰ ਜਿਹੜਾ ਹੈਗਾ ਆਪਾਂ ਕਿਉਂਕਿ ਇੱਧਰਲੇ ਪਾਸੇ ਭਰਾ ਵਰਗੇ ਬੈਠੇ ਆ, ਅਤੇ ਇੱਧਰ ਜੇ ਆਪਾਂ ਦੇਖਿਆ ਜਾਵੇ ਤਾਂ ਪੱਕੇ ਜਿਹੜਾ ਹੈਗਾ ਟੈਂਟ ਲੱਗੇ ਹੋਏ ਆ। ਦੇਖੋ ਯਾਰ, ਇਹ ਗੱਲਾਂ ਜ਼ਰੂਰ ਅੱਗੇ ਤੋਂ ਅੱਗੇ ਜਿਹੜੀਆਂ ਸ਼ੇਅਰ ਕਰਿਓ, ਦਿਖਾਇਓ। ਦੇਖੋ ਬਜ਼ੁਰਗ ਵਿਚਾਰੇ ਬੈਠੇ ਆ, ਠੀਕ ਹੈ, ਰਾਤ ਦਾ ਸਮਾਂ ਸ਼ਾਮ ਦੇ ਲਗਭਗ ਆਪਾਂ ਕਿ 7:30 ਹੋ ਗਏ ਆ ਬਾਈ, ਅਤੇ ਉਦੋਂ ਬਾਅਦ ਸਾਰੀ ਰਾਤ ਇਹਨਾਂ ਨੇ ਇੱਥੇ ਮੱਛਰ 'ਚ ਕੱਟਣੀ ਹੈ। ਇੱਧਰਲੇ ਪਾਸੇ ਬੈਠੇ ਆ ਆਪ, ਇੱਕ ਜਿਹੜਾ ਕੂਲਰ ਲਾਇਆ, ਬਾਕੀ ਆਹ ਚੀਜ਼ਾਂ। ਮੈਂ ਤੁਹਾਨੂੰ ਕਹਿਣਾ ਵੀ ਇਹਨਾਂ ਯੋਧਿਆਂ ਕਰਕੇ ਜਿਹੜਾ ਹੈਗਾ ਤੁਸੀਂ ਆਹ ਚੀਜ਼ਾਂ ਦਾ ਆਨੰਦ ਮਾਣਦੇ ਹੋ, ਨਹੀਂ ਤੁਹਾਨੂੰ ਕਿਸੇ ਨੇ ਨਾ ਇੰਚ ਨਹੀਂ ਟੱਪਣ ਦੇ, ਜਿਵੇਂ ਹੁਣ ਆਕਾਰ ਵਾਲਾ ਜਾਂਦਾ ਨਾ ਛੂਕਦਾ, ਅਤੇ ਹੌਲੀ ਵੀ ਨਹੀਂ ਹੁੰਦੀ, ਚਲੋ ਬਈ ਗਈ, ਠੀਕ ਆ, ਆਹੀਂ ਇੱਕ ਦੂਜੀ ਆਈ, ਚਲੋ ਬਈ ਗਈ ਛੂਕਦੀ। ਆਹ ਟਰੱਕਾਂ ਵਾਲੇ ਸਿਰਫ, ਯਾਰ ਤੁਹਾਨੂੰ ਮੈਂ ਇਹੀ ਕਹਿਣਾ, ਸਾਰਿਆਂ ਨੂੰ ਸੁਜੈਸਟ ਕਰਦਾ ਬਾਈ, ਕਦੇ ਇੰਨੇ ਜਾਣੇ ਆਉਂਦੇ ਆ ਹੈ ਨਾ, ਕਦੇ ਕੋਈ ਬੰਦਾ ਇੱਕ ਅੱਧਾ ਰੁਕ ਕੇ ਜਦੋਂ ਵੀ ਕਿਸੇ ਟੋਲ ਪਲਾਜ਼ੇ ਤੋਂ ਲੰਘਦੇ ਹੋ ਤਾਂ ਜ਼ਰੂਰ ਹੌਸਲਾ ਵਧਾ ਕੇ ਜਾਇਆ ਕਰੋ ਬਾਈ, ਅਤੇ ਵੀ ਬਾਈ ਯਾਰ ਤੁਸੀਂ ਬੈਠੇ ਹੋ ਬਾਈ, ਤੁਸੀਂ ਧੰਨ ਹੋ ਬਾਈ, ਹੈ ਨਾ, ਜਿਵੇਂ ਬਾਈ ਵਰਗਿਆਂ ਇਹਨਾਂ ਦਾ ਜੇ ਆਪਾਂ ਹੌਸਲਾ ਵਧਾਉਂਦੇ ਰਹਾਂਗੇ ਬਾਈ, ਅਤੇ ਐਡੇ ਨਾਲ ਆਪਣਾ ਕਿਹੜਾ ਲੂਣ ਢਲਕਣ ਵਾਲਾ ਯਾਰ, ਹੈ ਨਾ। ਇਹ ਚੀਜ਼ਾਂ ਸ਼ੇਅਰ ਵੀ ਕਰਿਓ, ਦੇਖੋ ਲਗਾਤਾਰ ਆਪਾਂ ਕਹੀਏ ਅੱਡ ਅੱਡ ਯੂਨੀਅਨ, ਆਪਾਂ ਕਹੀਏ ਓਵਰਆਲ ਦਾ ਕਿਸਾਨ ਯੂਨੀਅਨ ਹੈ, ਚਲੋ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦਾ ਲੱਗਿਆ ਹੋਇਆ, ਠੀਕ ਆ। ਆਹ ਦੇਖੋ ਕਿੰਨੇ ਕਿੰਨੇ ਟੈਕਸ ਸੀਗੇ ਆਹ ਟਰੱਕਾਂ ਨੂੰ, ਜੇ ਦੇਖਿਆ ਜਾਵੇ ਐਂ ਲੰਘ ਜਾਂਦੇ ਕੋਈ ਵੀ। ਹੁਣ ਜਿਵੇਂ ਮੰਨ ਲਾ ਆਹ ਕਾਰਾਂ ਵਾਲਿਆਂ ਨੂੰ ਇੱਥੇ 150-200 ਘਟਾ ਕੇ ਜਾਂਦੇ, ਅਤੇ ਇੱਧਰੋਂ ਜਿਹੜਾ ਹੈਗਾ ਦਿਖ ਜਾਂਦੇ ਨਾ ਛੂਕਾ ਪਾਉਂਦੇ ਉੱਧਰਲੇ ਪਾਸੇ। ਇਹ ਸਿਰਫ ਕਿਸਾਨੀ ਰਾਜ ਦੇ ਵਿੱਚ ਹੀ ਹੋ, ਕਿਉਂਕਿ ਕਿਸਾਨ ਇਕੱਠੇ, ਉਹਨਾਂ ਨੂੰ ਪਤਾ ਵੀ ਭਾਈ ਜਿਹੜਾ ਹੈਗਾ ਵੀ ਕਿਸਾਨਾਂ ਨੇ ਇਹ ਚੀਜ਼ਾਂ ਰੋਕੀਆਂ ਹੋਈਆਂ। ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਹੀ ਕਰਦਾ, ਜਿਹੜੇ ਦੇਖਣ ਵਾਲੇ ਆ, ਚਾਹੁਣ ਵਾਲੇ ਆ, ਠੀਕ ਆ, ਆਹ ਚੰਡੀਗੜ੍ਹ ਜਿਹੜਾ ਹੈਗਾ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਵਾਲਾ ਮੇਨ ਰਾਹ, ਅਤੇ ਅਸੀਂ ਸਾਰੇ ਇੱਥੋਂ ਟੱਪਦੇ ਹਾਂ, ਤਾਂ ਜਿੱਥੇ ਵੀ ਜਦੋਂ ਵੀ ਕਿਸੇ ਪੰਜਾਬ ਦੇ ਜਾਂ ਕਿਤੇ ਹਰਿਆਣੇ ਦੇ ਜਿੱਥੇ ਵੀ ਟੋਲ ਪਲਾਜ਼ੇ 'ਤੇ ਤੁਸੀਂ ਲੰਘਦੇ ਹੋ, ਜ਼ਰੂਰ ਰੁਕ ਕੇ ਜਾਇਆ ਕਰੋ, ਇਹਨਾਂ ਭਰਾਵਾਂ ਦਾ ਹੌਸਲਾ ਵਧਾ ਕੇ ਜਾਇਆ ਕਰੋ ਜਿਹੜੇ ਇੱਥੇ ਬੈਠੇ ਆ ਦਿਨ ਰਾਤ। ਇਹਨੇ ਤਾਂ ਵਿਚਾਰੇ ਦਾ ਸਾਈਕਲ ਤਾਂ ਟੱਪ ਹੀ ਜਾਣਾ ਸੀ ਸਾਰੇ ਦੇ ਸਾਰੇ, ਇਹਦੀ ਕਿਹੜਾ ਕਾਰ ਆ ਵੀ ਭਾਈ, ਇਹਦੇ ਕਿਹੜਾ ਕੋਈ ਟੋਲ ਪਲਾਜ਼ਾ ਸਿਰਫ ਤੁਹਾਡੇ ਵਾਸਤੇ, ਜਿਹੜੇ ਤੁਸੀਂ ਕਹਿੰਦੇ ਸਾਡੇ ਕੋਲ ਇੱਕ ਆ। ਅੱਛਾ, ਸ਼ੈੱਡ ਪਾਉਣ ਵਾਸਤੇ ਪਿਆ, ਠੀਕ ਆ ਬਾਈ। ਅੱਛਾ, ਬਾਈ ਕਹਿੰਦਾ ਸ਼ੈੱਡ ਪਾਉਣ ਵਾਸਤੇ ਪੱਕਾ ਸਮਾਨ ਲੈਂਦਾ, ਕੀ ਬਾਈ ਕੀ ਦੱਸ ਰਹੇ ਹੋ ਤੁਸੀਂ? ਬਾਈ ਜੀ, ਸਾਡੀਆਂ 2-3 ਸਾਲ ਦੀਆਂ ਮੈਦਾਂ ਲਾਈਆਂ ਹੋਈਆਂ ਨੇ ਪੱਕੀਆਂ, ਬਈ 2-3 ਸਾਲ ਅਸੀਂ ਇਹ ਸੰਘਰਸ਼ ਲੜਾਂਗੇ। ਅੱਛਾ, ਪੱਕਾ ਜੇ ਲੜਦਾ ਰਿਹਾ, ਜੇ ਲੜਦਾ ਰਿਹਾ ਸਾਡੇ ਨਾਲ ਸੰਘਰਸ਼, ਅਸੀਂ ਲੜਾਂਗੇ 2-3 ਸਾਲ। ਠੀਕ ਹੈ, ਉਹ ਸ਼ੈੱਡ ਦਾ ਸਮਾਨ ਲੈਂਦਾ ਅੱਜ ਅਸੀਂ ਨੇ ਲਾਇਆ। ਅੱਛਾ, ਅੱਜ ਲਾਇਆ। ਅੱਛਾ, ਅੱਜ ਤੁਹਾਨੂੰ ਵੀਰੇ ਸ਼ੈੱਡ ਬਣਾਵਾਂਗੇ ਬਾਈ ਵਰਗੇ ਲਾਏ ਅੱਜ ਸ਼ੈੱਡ। ਅੱਛਾ, ਬਾਈ ਕਹਿੰਦੇ ਜਿਹੜੇ ਹੈਗੇ ਆ ਇਹ ਜਿਹੜਾ ਹੁਣ ਅਸੀਂ ਪੱਕੇ ਤੌਰ ਤੇ ਇੱਥੇ ਜਿਹੜਾ ਘਰ ਪਾ ਲੈਣਾ, ਇਧਰਲੇ ਪਾਸੇ ਤਾਂ ਮਿੱਟੀ ਪਾਤੀ ਆ ਸਾਰੇ ਦੇ ਸਾਰੇ, ਠੀਕ ਆ, ਇਧਰੋਂ ਸ਼ੈੱਡ ਦਾ ਸਮਾਨ ਇਹਦਾ ਪੱਕਾ, ਕਿਉਂਕਿ ਮੋਦੀ ਨੂੰ ਜੇ ਐ ਵੀ 2024 ਤੱਕ ਚਲਾਊਗਾ ਸੰਘਰਸ਼, ਤਾਂ ਜਿਹੜਾ ਕਿਸਾਨਾਂ ਨੇ ਵੀ ਚਲਾਉਣ ਦਾ ਨਿਰਣਾ ਲੈ ਲਿਆ, ਸ਼ੈੱਡ ਆ ਜਿਹੜਾ
ਆ ਪੱਕਾ ਬਣਾ ਕੇ ਹੁਣ ਜਿਹੜਾ ਹੈਗਾ ਟੋਲ ਪਲਾਜ਼ੇ ਤੇ ਪਾ ਦੇਣਾ ਬਾਈ ਤੇ ਕੱਲ ਨੂੰ ਪਾ ਦੇਣਾ ਅੱਛਾ ਕੱਲ ਬਾਅਦ ਜਦੋਂ ਮੈਂ ਚੰਡੀਗੜ੍ਹੋਂ ਵਾਪਸ ਆਊਂਗਾ ਤੇ ਇਧਰਲੇ ਪਾਸੇ ਮਿਲ ਕੇ ਜਾਊਂ मिट्टी सट के ट्राली पा के शेड पा देना पक्के तौर ते बजुर्ग कहिंदे वी इत्थे चार साल चली जाए तो कोई चक्कर नहीं ठीक है ते इथो जिहड़ा हुण पक्का तौर ते खिचना काम ते रात नूं फिर जिहड़ा हैगा जीजू लग जांदा है रोटियां बन जांदियां ते लियाउंदे बना ही लैंदे भाई अच्छा दुध पानी इत्थे ही रख्या वा ठीक है इत्थे उरे जी ज्यादे लगदा ठीक है भाई इधरले पासे प्रशादा पानी जिहड़ा हैगा चुरां पट्टियां वंगा ते इधरले पासे बैठे है ठीक है सो ये सारिया तस्वीरां तुसीं देख रहे हो टोल प्लाजे एवें फ्री नहीं हुए तो बंदे बेचारे ये योध्या करके आ जिहड़े इत्थे बेचारे बैठे है ठीक है आ देखो जिहड़े आपदी चाह पानी भी इत्थे करदा रात दिन जिहड़ा आपां कहिंगे मेहनत करदा देखो बाई ने लिया उत्थे चक के मतलब आपदी जिहड़े साइकल का ही पूरा यूज करदा भरा इधरों चक के ये की लिया भी बॉक्सा जहा अच्छा यूनिट है स्पीकर वाली यूनिट चक के लिया अच्छा सैट लिया बाई ने आ देख लो ठीक है अच्छा सैट इतने लिया भरा वर्क जोड़ा है पूरा काम करता बाई तो मैं सू सारे बेनती कर इस करके लगता जिम्मे आ गई नोवा आ गई जान दे फिर जाते देखिए ओ गई सिर्फ कहे करके आ आई गई उधरों आई गई सिर्फ कहे करके इतने सोडे लैना पता कि नाले तो थोड़े वर्ग के 300-300 रुपया दे के जाते डूढ़ सौ तो नाले लाइन लगी होंगी सी तो बाद जोड़ा है फिर रोक रोक के सो जदों भी कदों लंघो तो जरूर हौसला बधा के जाया करो यार साडे भरा जिहड़े बैठे आ लगातार संघर्ष लड़ रहे हैं ठीक है किसानां दा हमेशा ही जिहड़ा आपां कहिंदे क्यों साडे कोल टाइम नहीं हुंदा आपां नूं लगदा पता नहीं सानूं काली जे इत्थे कंजरो लाइन लगी हुंदी तो फिर भी खड़ के जांदे ही हुण आपां नूं ऐ हुंदा भी हाँ हाँ छेती छेती कढ दईए घरां वाट मुड़ के किते नेरा ना हो जाए सो बेनती है होर बापू ठीक है चढ़दी कला जां मोर्चा झंडा जिहड़ा झूली जांदा बई भारतीय किसान एकता उगराहा दा धरना चली जांदा सो 15 अगस्त नूं चढ़ाया सी सो बेनती है तुहानूं सारिआं नूं वध तों वध जिहड़ा हैगा शेयर करिआ करो ते रोक के जाया करो ठीक है तो आ जरूर दसो यार लोगों को भी रोक के जरूर जाया करो जरूरी नहीं हों हौसला जरूर दे जाया करो भी हाँ भाई भी बाबो चढ़ती कला चलो ठीक है ताड़ा सारा दा नाल जुड़न वास्ते धन्यवाद अगे जाके पंजाब यूनिवर्सिटी के जोड़ा है सूँ पता सैनर दियाँ चोणा नहीं हो रही साड़ी सिक्ख्या।